ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਕਿੱਤਾ ਖੇਤੀਬਾੜੀ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਅਤੇ ਘੈਂਟ ਜੀ ਵੀਡੀਓ ਲੈ ਕੇ ਆ ਗਏ ਹਾਂ ਪੰਜਾਬ ਦੇ ਵਿੱਚ ਦੁੱਧ ਦੇ ਰੇਟਾਂ ਨੂੰ ਲੈ ਕੇ। ਪੰਜਾਬ ਦੇ ਵਿੱਚ ਪਸ਼ੂ ਪਾਲਣ ਦਾ ਕੰਮ ਕਰਨ ਵਾਲੇ ਕਿਸਾਨਾਂ ਦੇ ਵਾਸਤੇ ਦੁੱਧਾਂ ਦੇ ਰੇਟਾਂ ਨੂੰ ਲੈ ਕੇ ਹੁਣੇ ਹੁਣੇ ਇੱਕ ਬਹੁਤ ਵੱਡੀ ਤਾਜ਼ਾ ਖਬਰ ਆਈ ਹੈ, ਜਿਹੜੀ ਹਰੇਕ ਕਿਸਾਨ ਦੇ ਵਾਸਤੇ ਜਾਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਭੈਣ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀਬਾੜੀ, ਤਾਂ ਜ਼ਰੂਰ ਕਰ ਲਵੋ ਤਾਂ ਜੋ ਹੋਰ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ ਅਤੇ ਪਸ਼ੂ ਪਾਲਣ ਦੇ ਨਾਲ ਸੰਬੰਧਿਤ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਪਸ਼ੂ ਪਾਲਣ ਦਾ ਧੰਦਾ ਖਾਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਘੱਟ ਵਿੱਚ ਤੁਰਿਆ ਜਾ ਰਿਹਾ ਹੈ, ਕਿਉਂਕਿ ਇੱਕ ਤਾਂ ਨਕਲੀ ਦੁੱਧ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਵਿਕੀ ਜਾਂਦਾ ਹੈ, ਦੂਸਰੇ ਨੰਬਰ 'ਤੇ ਅਸਲੀ ਦੁੱਧ ਦੇ ਰੇਟ ਨਹੀਂ ਮਿਲਦੇ, ਅਤੇ ਤੀਸਰੇ ਨੰਬਰ 'ਤੇ ਜਿਹੜਾ ਵੰਡ ਵੰਡਰੇਵਾ ਆਪਾਂ ਪਸ਼ੂਆਂ ਨੂੰ ਪਾਉਂਦੇ ਹਾਂ ਉਸਦਾ ਰੇਟ ਵੀ ਦਿਨੋਂ ਦਿਨ ਵੱਧਦਾ ਜਾਂਦਾ ਹੈ। ਅੱਜ ਪੰਜਾਬ ਸਰਕਾਰ ਦੇ ਆਮ ਆਦਮੀ ਦੇ ਹਰਪਾਲ ਸਿੰਘ ਚੀਮਾ ਵੱਲੋਂ ਹੁਣੇ ਹੁਣੇ ਇੱਕ ਅਨਾਊਂਸਮੈਂਟ ਕੀਤੀ ਗਈ ਹੈ ਕਿ 1 ਅਪ੍ਰੈਲ 2022 ਤੋਂ 20 ਪ੍ਰਤੀ ਕਿਲੋ ਫੈਂਟ ਦੇ ਹਿਸਾਬ ਨਾਲ ਦੁੱਧ ਦਾ ਰੇਟ ਜਿਹੜਾ ਪੰਜਾਬ ਦੇ ਵਿੱਚ ਵਧਾਇਆ ਜਾਵੇ। ਹਾਂਜੀ, ਅੱਜ ਤੋਂ ਆਪਾਂ ਨੂੰ ਇਹ ਵਧਿਆ ਰੇਟ ਡਾਇਰੀਆਂ ਅਤੇ ਵੇਖਣ ਨੂੰ ਮਿਲ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਵੀ ਵੇਖਣ ਵਾਲੀ ਹੋਵੇਗੀ ਜਿਵੇਂ ਹਰ ਵਾਰ ਵੇਖੀ ਜਾਂਦੀ ਹੈ। ਅਤੇ ਇਹ ਵੀਡੀਓ ਤੁਹਾਡੇ ਹੋਰ ਰਿਸ਼ਤੇਦਾਰਾਂ ਅਤੇ ਕਿਸਾਨ ਵੀਰਾਂ ਨੂੰ ਸ਼ੇਅਰ ਕਰੋ। ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ, ਇਸੇ ਤਰ੍ਹਾਂ ਹੀ ਸਾਡੇ ਚੈਨਲ ਕੀਤਾ ਖੇਤੀਬਾੜੀ ਦੇ ਨਾਲ ਜੁੜੇ ਰਹੋ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਧੰਨਵਾਦ।